ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟਰੈਕਟਰਾਂ ਦਾ ਕਾਫਲਾ ਇੱਕ ਟਰਾਲੀ ਤੇ ਦੋ ਟਰੈਕਟਰ ਤੇ ਤੀਸਰਾ ਟਰੈਕਟਰ ਜਿਹੜੇ ਲੈ ਕੇ ਜਾ ਰਹੇ ਹੋ ਪਰੇਡ ਉੱਤੇ ਸ਼ਾਮਿਲ ਹੋ ਰਿਹਾ। ਇਹ ਜਾਮ ਜਿਹੜਾ ਲੱਗਾ ਹੋਇਆ ਇਹ ਇਸ ਤੋਂ ਨਹੀਂ ਲੱਗਾ ਹੋਇਆ, ਇਹ ਤੋਂ ਜਿੱਥੇ ਤੱਕ ਇੱਦਾਂ ਹੀ ਜਾਮ ਲੱਗਾ ਹੋਇਆ ਹੈ। ਪੁਲਿਸ ਪ੍ਰਸ਼ਾਸਨ ਨਾਲ ਕਰਨਾਲ ਤੋਂ ਲੈ ਕੇ ਦਿੱਲੀ ਤੱਕ ਇੰਨਾ ਹੀ ਜਾਮ ਲੱਗਾ ਹੋਇਆ ਹੈ, ਜੋ ਕਿ ਕਿਸਾਨ ਪਰੇਡ ਦੇ ਲਈ ਟਰੈਕਟਰ ਜਾ ਰਹੇ ਨੇ। ਇਸੇ ਤਰ੍ਹਾਂ ਹੀ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਾਰੇ ਟਰੈਕਟਰਾਂ ਦੀਆਂ ਲਾਈਨਾਂ ਨੂੰ। ਤੁਸੀਂ ਜੁੜੇ ਰਹੋ ਆਵਾਜ਼ਾ ਕੌਮ ਟੀ ਵੀ ਨਾਲ। ਤੁਸੀਂ ਦੇਖ ਰਹੇ ਹੋ 26 ਜਨਵਰੀ ਦੀ ਜੋ ਇੱਕ ਕਿਸਾਨ ਪਰੇਡ ਹੋਣੀ ਹੈ, ਉਹਦੇ ਕਰਕੇ ਕਿੰਨੀ ਤਾਦਾਦ ਦੇ ਵਿੱਚ ਟਰੈਕਟਰ ਟਰਾਲੀਆਂ ਜਾ ਰਹੀਆਂ ਨੇ, ਕਿੰਨੇ ਟਰੈਕਟਰ ਟਰਾਲੀਆਂ ਜਾ ਰਹੇ ਨੇ ਇਹ ਸਾਰੇ ਪਰੇਡ ਵਿੱਚ।
ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਟਰੈਕਟਰਾਂ ਦਾ ਕਾਫਲਾ, ਇੱਕ ਟਰਾਲੀ ਅਤੇ ਦੋ ਟਰੈਕਟਰ, ਦੋ ਤੀਸਰਾ ਟਰੈਕਟਰ ਜਿਹੜੇ ਲੈ ਕੇ ਜਾ ਰਹੇ ਹੋ ਪਰੇਡ ਉੱਥੇ ਸ਼ਾਮਿਲ ਹੋ ਰਿਹਾ। ਇਹ ਜਾਮ ਜਿਹੜਾ ਲੱਗਾ ਹੋਇਆ ਇਹ ਉੱਥੋਂ ਨਹੀਂ ਲੱਗਾ ਹੋਇਆ, ਇਹ ਤੋਂ ਦਿੱਲੀ ਤੱਕ ਇੱਦਾਂ ਹੀ ਜਾਮ ਲੱਗਾ ਹੋਇਆ ਹੈ। ਪੁਲਿਸ ਪ੍ਰਸ਼ਾਸਨ ਨਾਲ ਕਿਸਾਨ ਪਰੇਡ ਦੇ ਲਈ ਟਰੈਕਟਰ ਜਾ ਰਹੇ, ਇਸੇ ਤਰ੍ਹਾਂ ਹੀ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਾਰੇ ਟਰੈਕਟਰਾਂ ਦੀਆਂ ਲਾਈਨਾਂ ਨੇ। ਤੁਸੀਂ ਜੁੜੇ ਰਹੋ ਆਵਾਜ਼ਾਂ ਕੌਮ ਟੀਵੀ ਨਾਲ। ਤੁਸੀਂ ਦੇਖ ਰਹੇ ਹੋ 26 ਜਨਵਰੀ ਦੀ ਜੋ ਇੱਕ ਕਿਸਾਨ ਪਰੇਡ ਹੋਣੀ ਹੈ, ਉਹਦੇ ਕਰਕੇ ਕਿੰਨੇ ਤਾਦਾਦ ਦੇ ਵਿੱਚ ਟਰੈਕਟਰ ਟਰਾਲੀਆਂ ਜਾ ਰਹੀਆਂ ਨੇ ਅਤੇ ਸਾਰੇ ਪਰੇਡ ਵਿੱਚ ਹਾਂ
ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟਰੈਕਟਰਾਂ ਦਾ ਕਾਫਲਾ, ਇੱਕ ਟਰਾਲੀ ਅਤੇ ਦੋ ਟਰੈਕਟਰ ਅਤੇ ਤੀਸਰਾ ਟਰੈਕਟਰ ਜਿਹੜੇ ਲੈ ਕੇ ਜਾ ਰਹੇ ਹੋ ਪਰੇਡ ਵਿੱਚ ਸ਼ਾਮਿਲ ਹੋਣ ਵਾਸਤੇ। ਇਹ ਜਾਮ ਜਿਹੜਾ ਲੱਗਾ ਹੋਇਆ ਇਹ ਇੱਥੋਂ ਨਹੀਂ ਲੱਗਾ ਹੋਇਆ, ਇਹ ਤੋਂ ਸਿੱਧੇ ਤੱਕ ਇੱਦਾਂ ਹੀ ਜਾਮ ਲੱਗਾ ਹੋਇਆ ਹੈ। ਪੁਲਿਸ ਪ੍ਰਸ਼ਾਸਨ ਦੇ ਨਾਲ ਦੇਖ ਰਹੇ ਹੋ ਇਹ ਹਾਲੇ ਕਰਨਾਲ ਹੈ, ਕਰਨਾਲ ਤੋਂ ਲੈ ਕੇ ਦਿੱਲੀ ਤੱਕ ਇੰਨਾ ਹੀ ਜਾਮ ਲੱਗਾ ਹੋਇਆ ਹੈ, ਜੋ ਕਿ ਕਿਸਾਨ ਪਰੇਡ ਦੇ ਲਈ ਟਰੈਕਟਰ ਜਾ ਰਹੇ ਨੇ। ਇਸੇ ਤਰ੍ਹਾਂ ਹੀ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਾਰੇ ਟਰੈਕਟਰਾਂ ਦੀਆਂ ਲਾਈਨਾਂ ਨੇ। ਤੁਸੀਂ ਜੁੜੇ ਰਹੋ ਆਵਾਜ਼ਾਂ ਕੌਮ ਟੀਵੀ ਨਾਲ। ਤੁਸੀਂ ਦੇਖ ਰਹੇ ਹੋ 26 ਜਨਵਰੀ ਦੀ ਜੋ ਇੱਕ ਕਿਸਾਨ ਪਰੇਡ ਹੋਣੀ ਹੈ, ਜਿਹਦੇ ਕਰਕੇ ਕਿੰਨੇ ਤਾਦਾਦ ਦੇ ਵਿੱਚ ਟਰੈਕਟਰ ਟਰਾਲੀਆਂ ਜਾ ਰਹੇ ਨੇ, ਕਿੰਨੇ ਟਰੈਕਟਰ ਟਰਾਲੀਆਂ ਜਾ ਰਹੇ ਨੇ ਇਸ ਸਾਰੇ ਪਰੇਡ ਵਿੱਚ।
ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟਰੈਕਟਰਾਂ ਦਾ